ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਿਮਰਨ ਜੀ ਸ਼ੇਰਗਲ ਚੈਨਲ ਵੱਲੋਂ। ਅੱਜ ਆਪਾਂ ਚੱਲੇ ਹਾਂ ਸਵੇਰੇ ਸਵੇਰੇ ਲਿਡਲ। ਲਿਡਲ ਦੇ ਵਿੱਚੋਂ ਇੱਕ ਨਾ ਟੋਕਰੀ ਮਿਲਦੀ ਹੁੰਦੀ ਆ, ਉਹ 'ਚ ਵੈਜੀਟੇਬਲ ਵਗੈਰਾ ਹੁੰਦੀਆਂ ਆ, ਥੋੜ੍ਹੇ ਜਿਹੇ ਫਰੂਟ ਜਿਹੇ ਹੁੰਦੇ ਆ, ਉਹ ਤੁਹਾਨੂੰ ਦਿਖਾਉਂਦੇ ਅੱਗੇ ਵੀਡੀਓ ਬਣਾਵਾਂਗੇ। ਇਹਦੀ 1.5 pound ਦੀ ਮਿਲ ਜਾਂਦੀ ਆ ਉਹ ਸਵੇਰੇ ਸਵੇਰ 8 o'clock ਮਿਲਦੀ ਆ, ਅਤੇ ਕਾਫੀ ਲੋਕ ਆਏ ਖੜ੍ਹੇ ਹੁੰਦੇ ਆ, ਜਿੰਨੀਆਂ ਹੁੰਦੀਆਂ ਉਨੀਆਂ ਕੁ ਲੈ ਜਾਂਦੇ, ਜਿਹੜਾ ਰਹਿ ਗਿਆ ਰਹਿ ਗਿਆ। ਮੈਂ ਕਿਹਾ ਲੈ ਕੇ ਆਈਏ, ਵਾਈਫ ਲਿਆਉਂਦੀ ਹੁੰਦੀ ਸੀ ਅੱਗੇ, ਹੁਣ ਆਪਾਂ ਵੀ ਇੱਥੇ ਆ ਗਏ, ਹੁਣ ਆਪਾਂ ਵੀ ਸੇਵਾ ਸੰਭਾਲੀ ਆ, ਲਿਆਉਣੀ ਵਾਲੀ ਟੋਕਰੀ। ਹੁਣ ਆਪਾਂ ਚੱਲੇ ਹਾਂ ਟੋਕਰੀ ਲੈਣ, ਉਹ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਸਭ ਵੈਜੀਟੇਬਲ ਦੀ, ਬਸ ਉਹਨਾਂ ਨੇ ਰਿਪਲੇਸ ਕਰਨੀ ਹੁੰਦੀ ਹੈ, ਨਵਾਂ ਸਟੋਕ ਐਡ ਕਰਨਾ ਹੁੰਦਾ ਆ, ਰਾਤ ਨੂੰ ਕੱਢ ਦਿੰਦੇ ਆ ਉਹ ਟੋਕਰੀਆਂ ਪਾ ਕੇ ਰੱਖ ਦਿੰਦੇ, ਲੋਕ ਫਟਾਫਟ ਲੈ ਜਾਂਦੇ ਆ। ਆਪਾਂ ਵੀ ਲੈਣ ਚੱਲਦੇ ਹਾਂ, ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਫਿਰ ਕਿੱਦਾਂ ਦੀ ਨਿਕਲਦੀ ਹੈ ਕੁਆਲਿਟੀ। ਅੱਗੇ ਮਿਲਦੇ ਹਾਂ, ਅਗਲੀ ਕਲਿੱਪ 'ਚ ਮਿਲਦੇ ਹਾਂ। ਆਹ ਨਿਕਲਿਆ ਟੋਕਰੀ 'ਚੋਂ ਸਮਾਨ, ਇੱਕ ਆ ਪਤਾ ਨਹੀਂ ਕੀ ਹੈ ਇਹ, ਸਲਾਦ ਹੀ ਆ, ਅਤੇ ਉਹ ਵਾਈਟ ਵਾਲੀਆਂ ਗਾਜਰਾਂ, ਦੋ ਗਿੱਠ ਗਿੱਠ ਦੀਆਂ ਵੱਡੀਆਂ ਮਿਰਚਾਂ ਜਿਹੜੀਆਂ ਚਾਰੀ ਭੁੱਕਲ ਕਹਿੰਦੇ ਉਹ, ਅਤੇ ਦੋ ਸ਼ਿਮਲਾ ਮਿਰਚਾਂ ਰੈੱਡ ਵਾਲੀਆਂ, ਇੱਕ ਟਮਾਟਰ ਵੱਡਾ ਅਤੇ ਬਾਕੀ ਟਮਾਟਰ ਛੋਟੇ, ਅਤੇ ਆ 7 pyaz, ਇੱਕ ਬੈਂਗਣ, ਇਹ ਵੀ ਟੋਕਰੀ 'ਚੋਂ ਨਿਕਲੇ ਫਰੈਸ਼ ਆ, ਬਿਲਕੁਲ ਸਾਫ਼ ਸੁਥਰੇ, ਬਹੁਤ ਵਧੀਆ ਮਾਲ ਹੈ ਇਹਦੇ 'ਚ। ਇਹਨਾਂ ਤੋਂ ਬਾਅਦ ਇਹ ਐਪਲ ਆ, ਇਹ 8-9 ਐਪਲ ਨਿਕਲੇ ਵਿੱਚੋਂ, ਅਤੇ ਦੋ ਸਾਈਡ 'ਤੇ ਰੱਖੇ ਹੋਏ ਸੀ ਆ, ਬੱਬੂ ਖੁਸ਼ੇ ਹੁੰਦੇ ਜਿਹੜੇ, ਅਤੇ ਇਹ ਦੋ ਇਹ 'ਚ ਪਏ ਆ, ਦੋ ਸਾਈਡ 'ਤੇ ਉਹ ਥੋੜ੍ਹੇ ਜਿਹੇ ਨਾ ਫਿਸ ਗਏ ਸੀਗੇ ਲਿਆਉਣ ਲੱਗੇ, ਅਤੇ ਉਹ ਮੈਂ ਸਾਈਡ 'ਤੇ ਰੱਖ ਲਏ ਜੀ। ਅਤੇ ਆਹ ਇੱਕ ਛੋਟੇ ਛੋਟੇ ਸ਼ਲਗਮ ਜਿਹੇ ਆ, ਬੰਦ ਗੋਭੀ ਆ ਨਿੱਕੀ ਨਿੱਕੀ ਜੀ, ਇਹ ਤਾਂ ਕਹਿੰਦੇ ਬੇਕਾਰ ਹੀ ਹੁੰਦੀ ਆ। ਅਤੇ ਇਹ ਤੋਂ ਬਾਅਦ ਆ ਗਏ ਛੋਟੀਆਂ ਗਾਜਰਾਂ ਅਤੇ ਆਲੂ, ਇਹ ਵੀ ਨਿਕਲਿਆ ਹੈ, ਅੱਧਾ ਅੱਧਾ ਕਿਲੋ ਹੋਣੇ ਆ ਦੋਨੇ ਚੀਜ਼ਾਂ ਇਹ। ਆਹ ਹੁੰਦੀ ਆ ਟੋਕਰੀ ਜਿਹਦੇ ਵਿੱਚ ਸਮਾਨ ਪਾ ਕੇ ਰੱਖਿਆ ਹੁੰਦਾ, ਇਹ 1.5 pound ਦੀ ਦਿੰਦੇ ਆ ਇਹ, ਸਵੇਰੇ ਸਵੇਰੇ 8 o'clock ਤੱਕ ਮਿਲਦੀ ਆ। ਓਕੇ ਜੀ, ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੁਹਾਨੂੰ ਇੱਦਾਂ ਦੀ ਚੀਜ਼ਾਂ ਹੋਰ ਵੀ ਮਿਲਣਗੀਆਂ ਇਹ 'ਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਹੋਰ ਵੀ ਵੀਡੀਓ ਪਾਵਾਂਗੇ।